ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਸੱਤ ਵਾਲੀਆਂ ਖਬਰਾਂ ਦੇ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਹੋਵੇਗੀ 24 ਦੇ ਚੈਂਪੀਅਨ ਦੀ। ਪੰਜਾਬ ਦੇ ਵਿੱਚ ਵੀ 24 ਦਾ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਾ ਹੈ। ਹਰ ਪਾਰਟੀ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ, ਤਾਂ ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨ ਦੇ ਵੱਲੋਂ ਮੋਰਚਾ ਸੰਭਾਲਿਆ ਹੋਇਆ। ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਵੱਲੋਂ ਪੂਰੀ ਤਾਕਤ ਝੋਕੀ ਜਾ ਰਹੀ ਹੈ। ਫਿਰੋਜ਼ਪੁਰ ਦੇ ਵਿੱਚ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ। ਜਗਦੀਪ ਸਿੰਘ ਕਾਕਾ ਬਰਾੜ ਦੇ ਲਈ ਸਮਰਥਨ ਜੁਟਾਇਆ ਗਿਆ। ਬਾਘਾ ਪੁਰਾਣਾ ਦੇ ਵਿੱਚ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ। ਵਿਰੋਧੀ ਧਿਰਾਂ ਤੇ ਮੁੱਖ ਮੰਤਰੀ ਮਾਨ ਦੇ ਵੱਲੋਂ ਖੂਬ ਨਿਸ਼ਾਨੇ ਸਾਧੇ ਗਏ। ਸੋ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਫਿਰੋਜ਼ਪੁਰ ਦੀਆਂ, ਜਿੱਥੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ। ਦਰਅਸਲ ਆਪ ਦੇ ਵੱਲੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਤਾਂ ਉਹਨਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ। ਅਤੇ ਬਾਘਾ ਪੁਰਾਣਾ ਦੇ ਵਿੱਚ ਕਰਮਜੀਤ ਅਨਮੋਲ, ਜਿਹੜੇ ਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਦੇ ਹੱਕ ਦੇ ਵਿੱਚ ਚੋਣ ਰੈਲੀ ਕੀਤੀ ਗਈ। ਅਤੇ ਇਸ ਦੌਰਾਨ ਵਿਰੋਧੀ ਧਿਰਾਂ 'ਤੇ ਵੀ ਮੁੱਖ ਮੰਤਰੀ ਮਾਨ ਵਰਦੇ ਹੋਏ ਨਜ਼ਰ ਆਏ। ਕਦੇ ਇਹਨਾਂ ਨੇ ਧਰਮ ਨੂੰ ਵੀ ਵਰਤਿਆ, ਧਰਮ ਨੂੰ ਵਰਤਿਆ। ਇਹ ਜਿਹੜੇ ਆ ਜਿਹੜਾ ਸੁਖਬੀਰ ਬਾਦਲ ਦਾ ਟੱਬਰ ਹੈ ਨਾ, ਬਾਦਲ ਕੇ ਵਾਲੇ, ਇਹਨਾਂ ਨੇ ਹਮੇਸ਼ਾ ਧਰਮ ਨੂੰ ਵਰਤਿਆ। ਧਰਮ ਨੂੰ ਉਦੋਂ ਵਰਤਦੇ ਆ ਜਦੋਂ ਸੰਕਟ 'ਚ ਹੋਣ, ਜਦੋਂ ਹਾਰ ਜਾਣ, ਉਦੋਂ ਧਰਮ ਨੂੰ ਲੈ ਲੈਂਦੇ ਆ। ਇਹ ਨਾ ਇੱਕੋ ਛਿਪਕਲੀ ਨਹੀਂ ਹੁੰਦੀ, ਕੋਣ ਕਿਲੀ। ਸਾਰੀ ਰਾਤ ਉਹ ਆਪਣੇ ਕਮਰੇ 'ਚ, ਸਾਰੀ ਰਾਤ ਕੀੜੇ ਮਕੌੜੇ ਮੱਛਰ ਖਾਈ ਜਾਂਦੀ ਰਹਿੰਦੀ ਹੈ। ਦਿਨ ਚੜ੍ਹਨ ਸਾਰ ਗੁਰੂ ਸਾਹਿਬ ਦੀ ਫੋਟੋ ਦੇ ਓਲੇ ਲੁਕ ਜਾਂਦੀ ਹੈ। ਇਹ ਬਾਦਲ ਕੇ ਉਹ ਛਿਪਕਲੀ ਨੇ, ਜਦੋਂ ਥੋੜ੍ਹਾ ਜਿਹਾ ਚਾਨਣ ਹੋਵੇ ਓਲੇ ਲੁਕ ਜਾਂਦੇ ਨੇ ਗੁਰੂ ਸਾਹਿਬ ਦੇ, ਓਟ ਲੈ ਲੈਂਦੇ ਨੇ, ਲੋਕ ਮੱਥਾ ਟੇਕੀ ਜਾਂਦੇ ਰਹਿੰਦੇ। ਇਹਨਾਂ ਨੂੰ ਹੁਣ ਦੱਸ ਦਿਓ ਕਿ ਦੋ ਕਚਹਿਰੀਆਂ ਹੁੰਦੀਆਂ, ਇੱਕ ਇੱਥੇ ਵਾਲੀ, ਇੱਕ ਜਿਹੜੀ ਲੋਕਾਂ 'ਚ ਲੱਗਦੀ ਹੈ। ਸੋ ਇੱਥੇ ਵਾਲੀ ਕਚਹਿਰੀ 'ਚ ਤਾਂ ਗਵਾਹ ਵੀ ਮੁਕਰਾ ਲਓਂਗੇ, ਵਕੀਲ ਮਹਿੰਗੇ ਕਰ ਲਓਂਗੇ, 100 ਹੀਲੇ ਵਸੀਲੇ ਕਰ ਲਓਂਗੇ, ਪਰ ਜਿਹੜੀ ਲੋਕਾਂ ਦੇ ਦਿਲਾਂ 'ਚ ਲੱਗਦੀ ਹੈ ਕਚਹਿਰੀ, ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ, ਕਿਸੇ ਨਹੀਂ ਤੇਰੀ ਜਾਤ ਪੁੱਛਣੀ। ਉਹ ਦੂਜੇ ਕਾਂਗਰਸ ਵਾਲੇ ਨੂੰ ਆਪਸ 'ਚ ਲੜੀ ਜਾਂਦੇ ਨੇ, ਇੱਕ ਟਿਕਟ ਮਿਲਦੀ ਹੈ 15 ਦਿਨ ਤਾਂ ਮਨਾਉਣ ਨੂੰ ਲੱਗਦੇ ਆ ਉਹਨਾਂ ਨੂੰ, ਵੀ ਯਾਰ ਆ ਜਾਓ ਮੇਰੇ ਨਾਲ ਚੱਲ ਪਓ। ਫਿਰ ਅੱਛਾ ਤੁਸੀਂ ਦੇਖਿਓ, ਆਮ ਆਦਮੀ ਪਾਰਟੀ ਹਮੇਸ਼ਾ ਦਿਨੇ 'ਚ ਕਰਦੀ ਹੈ ਸੂਚੀ ਜਾਰੀ, ਆਪਾਂ 13-13 ਕਰ ਰੱਖੇ ਨੇ, ਪਹਿਲਾਂ 8 ਦੀ ਕੀਤੀ, ਦਿਨੇ ਜਾਰੀ ਕੀਤੀ ਸੂਚੀ, ਟੀਵੀ 'ਤੇ ਵੀ ਆਉਂਦਾ, ਤੁਸੀਂ ਵੀ ਦੇਖ ਲੈਂਦੇ ਹੋ। ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ, ਰਾਤ ਦੇ 11:30 ਵਜੇ ਜਾਰੀ ਕਰਦੇ ਆ, ਵੀ ਚਲ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ, ਵੀ ਚਲ ਸਵੇਰ ਨੂੰ ਦੇਖਾਂਗੇ, ਚਲ ਰਾਤ ਨੂੰ ਤਾਂ ਨਹੀਂ ਲੜਨਗੇ। ਆਹ ਹਾਲਤ ਉਹਨਾਂ ਦੀ ਹੈ, ਹਾਲਤ ਕੀ ਪਈ ਹੋਈ ਪਈ ਹੈ ਦੋਨਾਂ ਪਾਰਟੀਆਂ ਦੀ, ਹਜੇ ਤੱਕ ਉਮੀਦਵਾਰ ਨਹੀਂ ਡਿਕਲੇਅਰ ਕੀਤੇ, ਕਾਰਨ ਕੋਈ ਤਿਆਰ ਹੀ ਨਹੀਂ ਹੈਗਾ। ਫਰੀਦਕੋਟ ਤੋਂ ਬਾਕੀ ਉਮੀਦਵਾਰਾਂ ਦੀਆਂ ਖਬਰਾਂ ਤਾਂ ਹੋਰ ਹੀ ਤਰ੍ਹਾਂ ਦੀਆਂ ਆਉਂਦੀਆਂ ਨੇ, ਤੁਸੀਂ ਦੇਖਦੇ ਹੋਵੋਗੇ, ਸਾਡੇ ਹੀ ਭਰਾ ਹੈ, ਉਹ ਵੀ ਕਲਾਕਾਰ ਹੈ, ਪਰ ਉਹਦਾ ਤਾਂ ਕੋਈ ਕਸੂਰ ਨਹੀਂ, ਪਾਰਟੀ ਦੀਆਂ ਕਰਤੂਤਾਂ ਮਾੜੀਆਂ ਨੇ, ਹੁਣ ਕੀ ਕਰੇ ਵਿਚਾਰਾ, ਉਹ ਖਿੱਲਾਂ ਖਾਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ, ਉਹ ਗੱਲ ਹੋ ਗਈ। ਉਹ ਤਾਂ ਆਪਦੀਆਂ ਮੌਜਾਂ ਕਰੀ ਜਾਂਦੇ, ਪਾਰਟੀ ਵਾਲੇ ਤਾਂ ਫਸਾ ਤਾ ਉਹਨੂੰ, ਪਰ ਕੋਈ ਗੱਲ ਨਹੀਂ, ਅਸੀਂ ਤਾਂ ਤੁਹਾਡੇ ਨਾਲ ਖੜਾਂਗੇ। ਮੈਂ ਤਾਂ ਕਿਸਾਨਾਂ ਦੇ ਮੁੱਦਿਆਂ 'ਤੇ ਵੀ ਰਾਤ ਦੇ 2-2 ਵਜੇ ਤੱਕ ਬਹਿੰਦਾ ਰਿਹਾ ਕਿ ਜੇ ਨਿਬੜ ਜੇ। ਮੈਂ ਇਹਨਾਂ ਨੂੰ ਵੀ ਕਹਿੰਦਾ, ਸੈਂਟਰ ਨੂੰ ਹਰ ਰੋਜ਼ 130 ਲੱਖ ਮੀਟਰਿਕ ਟਨ ਕਣਕ ਦੇਊਂਗਾ, ਹੁਣ ਇਸ ਮਹੀਨੇ 130 ਲੱਖ ਮੀਟਰਿਕ ਟਨ ਦੇਸ਼ ਵਾਸਤੇ, 220 ਲੱਖ ਮੀਟਰਿਕ ਟਨ ਚੌਲ ਦੇਵਾਂਗੇ ਅਕਤੂਬਰ 'ਚ। ਅਤੇ ਮੈਂ ਕਿਹਾ, ਜਦੋਂ ਚੌਲ ਅਤੇ ਕਣਕ ਲੈ ਕੇ ਜਾਣੀ ਹੁੰਦੀ, ਉਹ ਤਾਂ ਸਿੱਧੇ ਲੈ ਜਾਂਦੇ ਹੋ, ਅਤੇ ਜਦੋਂ ਉਹ ਕਹਿੰਦੇ ਨੇ ਚੌਲ ਅਤੇ ਕਣਕ ਉਗਾਉਣ ਵਾਲੇ ਵੀ ਭਾਅ ਦੀ ਥੋੜ੍ਹੀ ਜਿਹੀ ਗੱਲ ਕਰ ਲਈ, ਥੋੜ੍ਹਾ ਜਿਹਾ ਵਧਾ ਦੋਗੇ, ਉਦੋਂ ਤੁਸੀਂ ਬਾਰਡਰ ਲਾ ਦਿੰਦੇ ਹੋ ਹਰਿਆਣੇ 'ਤੇ, ਤਾਰਾਂ ਲਾ ਦਿੰਦੇ ਹੋ, ਗੋਲੀਆਂ ਚਲਾਉਂਦੇ ਹੋ ਸਿੱਧੀਆਂ, ਉਦੋਂ ਤੁਸੀਂ ਅਥਰੂ ਗੈਸ ਦੇ ਗੋਲੇ ਛੱਡ ਦਿਓ,
ਕੀ ਗੱਲ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਨਾਲ? ਦਿੱਲੀ ਆਉਣਗੇ ਔਰ ਹੁਣ ਮੈਂ ਲਾਹੌਰ ਭੇਜਿਆ ਉਹਨਾਂ ਨੂੰ। ਕਹਿੰਦੇ ਭਗਵੰਤ ਮਾਨ ਭੜਕਾਉਣ ਦਾ, ਮੈਂ ਕਿਉਂ ਭੜਕਾਊਂਗਾ ਬਈ ਕਿਸੇ ਨੂੰ? ਮੇਰਾ ਤਾਂ ਅੰਨਦਾਤਾ ਖੁਸ਼ ਰਹੇ, ਮੇਰਾ ਮੁਲਾਜ਼ਮ ਖੁਸ਼ ਰਹੇ, ਦੁਕਾਨਦਾਰ ਖੁਸ਼ ਰਹੇ, ਵਪਾਰੀ ਖੁਸ਼ ਰਹੇ, ਮੈਂ ਕੀ ਲੈਣਾ ਭੜਕਾ ਕੇ ਕਿਸੇ ਨੂੰ? ਅਸੀਂ ਭੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ। ਉਹ ਜੇ ਕਿਸਾਨਾਂ ਦੀ ਜੇਬ 'ਚ ਪੈਸਾ ਹੋਊਗਾ ਤਾਂ ਬਾਗੇ ਪੁਰਾਣੇ ਵਰਗੇ ਬਾਜ਼ਾਰਾਂ 'ਚ ਰੌਣਕ ਆਊਗੀ, ਨਹੀਂ ਬਾਜ਼ਾਰ ਸੁੰਨੇ ਹੋ ਜਾਂਦੇ ਨੇ। ਇੱਥੇ ਬਾਜ਼ਾਰਾਂ 'ਚ ਰੌਣਕ ਆਊਗੀ ਤਾਂ ਗਾਂਹ ਵਾਲਾ ਵਪਾਰ ਵਧੂਗਾ। ਇਹ ਸਾਈਕਲ ਹੈ, ਇਹ ਸਰਕਲ ਹੈ। ਉਦੋਂ ਸੁਨੀਤਾ ਕੇਜਰੀਵਾਲ ਦੇ ਵੱਲੋਂ ਮੋਰਚਾ ਸੰਭਾਲ ਲਿਆ ਗਿਆ। ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਕਮਾਨ ਸੰਭਾਲੀ ਹੈ ਈਸਟ ਦਿੱਲੀ ਦੇ ਵਿੱਚ। ਸੁਨੀਤਾ ਕੇਜਰੀਵਾਲ ਦੇ ਵੱਲੋਂ ਰੋਡ ਸ਼ੋਅ ਕੀਤਾ ਗਿਆ, ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਉਹਨਾਂ ਨੇ ਸਮਰਥਨ ਜੁਟਾਇਆ। ਆਮ ਆਦਮੀ ਪਾਰਟੀ ਦੇ ਲਈ ਸਟਾਰ ਕੰਪੇਨਰ ਬਣੇ ਨੇ ਸੁਨੀਤਾ ਕੇਜਰੀਵਾਲ। ਦਰਅਸਲ ਜਦੋਂ ਤੋਂ ਹੀ ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ, ਤਿਹਾੜ ਜੇਲ੍ਹ ਦੇ ਵਿੱਚ ਬੰਦ, ਤਾਂ ਇਸ ਦੇ ਵਿਚਾਲੇ ਸਰਗਰਮੀਆਂ ਜਿਹੜੀਆਂ ਕਿ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹਨਾਂ ਦੇ ਧਰਮ ਪਤਨੀ ਸੁਨੀਤਾ ਕੇਜਰੀਵਾਲ ਦੀਆਂ, ਜਿਨ੍ਹਾਂ ਦੇ ਵੱਲੋਂ ਕਿ ਦਿੱਲੀ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਜਿਹੜਾ ਕਿ ਚੋਣ ਪ੍ਰਚਾਰ ਕੀਤਾ ਜਾ ਰਿਹਾ। ਤੁਹਾਨੂੰ ਇਹ ਦਿੱਲੀ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਸੁਨੀਤਾ ਕੇਜਰੀਵਾਲ ਦੇ ਵੱਲੋਂ ਈਸਟ ਦਿੱਲੀ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ, ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਉਹਨਾਂ ਨੇ ਸਮਰਥਨ ਜੁਟਾਇਆ। ਗੱਲ ਹੋਵੇਗੀ ਧਰਮ ਵਾਲੀ ਰਾਜਨੀਤੀ ਦੀ, ਜਿਸ ਦੀ ਪੰਜਾਬ ਦੇ ਵਿੱਚ ਵੀ ਐਂਟਰੀ ਹੋ ਚੁੱਕੀ ਹੈ। ਬੀਜੇਪੀ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਨਿਸ਼ਾਨੇ 'ਤੇ ਲਿਆ ਅਤੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡਣ ਦੇ ਇਲਜ਼ਾਮ ਲਗਾ ਦਿੱਤੇ। ਤਾਂ ਅੱਗੋਂ ਅਕਾਲੀ ਦਲ ਨੇ ਬੀਜੇਪੀ ਨੂੰ ਨਸੀਹਤ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਨਫ਼ਰਤ ਦੇ ਬੀਜ ਨਾ ਬੀਜੋ। ਅੱਜ ਇਹ ਸੁਖਬੀਰ ਬਾਦਲ ਜੀ ਧਰਮ ਦੇ ਨਾਂ ਤੇ ਪੰਜਾਬ ਨੂੰ ਵੰਡਣ ਲਈ ਸਟੇਟਮੈਂਟਸ ਦੇ ਰਹੇ ਨੇ, ਇਹ ਗੁੰਮਰਾਹ ਕਰਦੇ ਪਏ ਨੇ।
24 ਦੇ ਪੱਖੇ ਅਖਾੜੇ ਦੇ ਵਿਚਾਲੇ ਧਰਮ ਦੇ ਨਾਂ ਤੇ ਪੱਖੀ ਸਿਆਸਤ ਦੀ ਪੰਜਾਬ ਦੇ ਵਿੱਚ ਵੀ ਐਂਟਰੀ ਹੋ ਗਈ ਹੈ ਤੇ ਜ਼ਿਕਰ ਰਾਮ ਦਾ ਹੋ ਰਿਹਾ। ਪਹਿਲਾਂ ਬੀਜੇਪੀ ਨੇ ਦਿੱਲੀ 'ਚ ਅਕਾਲੀ ਦਲ ਦੇ ਪੰਥਕ ਵੋਟ ਬੈਂਕ ਨੂੰ ਖੋਰਾ ਲਾਇਆ, DIGMC ਦੇ 7 ਮੈਂਬਰਾਂ ਦੀ ਬੀਜੇਪੀ ਦੇ ਵਿੱਚ ਜੁਆਇਨਿੰਗ ਕਰਵਾਈ ਤੇ ਫਿਰ ਪੰਜਾਬ ਦੇ ਵਿੱਚ ਬੀਜੇਪੀ ਦੇ ਨਿਸ਼ਾਨੇ 'ਤੇ ਆਇਆ ਅਕਾਲੀ ਦਲ। ਬੀਜੇਪੀ ਆਗੂ ਸ਼ਵੇਤ ਮਲਿਕ ਨੇ ਗੰਭੀਰ ਇਲਜ਼ਾਮ ਲਗਾਇਆ ਕਿ ਸੁਖਬੀਰ ਸਿੰਘ ਬਾਦਲ ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡ ਰਹੇ ਨੇ ਤੇ ਨਾਲ ਇਹ ਵੀ ਸਵਾਲ ਕਰ ਦਿੱਤਾ ਕਿ ਸੁਖਬੀਰ ਬਾਦਲ ਅਯੋਧਿਆ ਕਿਉਂ ਨਹੀਂ ਗਏ। ਤਾਂ ਫਿਰ ਅੱਗੋਂ ਅਕਾਲੀ ਦਲ ਨੇ ਵੀ ਬੀਜੇਪੀ ਨੂੰ ਨਸੀਹਤ ਦਿੱਤੀ ਕਿ ਪੰਜਾਬ ਦੇ ਵਿੱਚ ਨਫ਼ਰਤ ਦਾ ਬੀਜ ਨਾ ਬੀਜੋ। ਅੱਜ ਇਹ ਸੁਖਬੀਰ ਬਾਦਲ ਜੀ ਧਰਮ ਦੇ ਨਾਂ 'ਤੇ ਪੰਜਾਬ ਨੂੰ ਵੰਡਣ ਲਈ ਸਟੇਟਮੈਂਟਸ ਦੇ ਰਹੇ ਨੇ, ਇਹ ਗੁੰਮਰਾਹ ਕਰਦੇ ਪਏ ਨੇ ਇੱਕ ਪਰਟੀਕੁਲਰ ਧਰਮ ਦੇ ਲੋਕਾਂ ਨੂੰ। ਤਾਂ ਮੈਂ ਉਹਨਾਂ ਤੋਂ ਇਹ ਪ੍ਰਸ਼ਨ ਕਰਨਾ ਚਾਹੁੰਦਾ ਹਾਂ ਕਿ ਸੁਖਬੀਰ ਜੀ ਕੀ ਰਾਜਨੀਤੀ ਅਸੀਂ ਧਰਮ ਦੇ ਉੱਤੇ ਵੰਡ ਕੇ ਬਰੂਦ 'ਤੇ ਪੰਜਾਬ ਨੂੰ ਖੜਾ ਕਰਕੇ ਅਸੀਂ ਇਲੈਕਸ਼ਨ ਜਿੱਤਣਾ ਹੈਗਾ? ਦੂਜਾ, ਰਾਮ ਲੱਲਾ ਸਰਦੇ ਨੇ, ਰਾਮ ਲੱਲਾ ਦਾ 500 ਸਾਲ ਬਾਅਦ ਮੋਦੀ ਜੀ ਰਾਮ ਲੱਲਾ ਨੂੰ ਝੋਪੜੀ 'ਚੋਂ ਲੈ ਕੇ ਤੇ ਮੰਦਰ 'ਚ ਲੈ ਕੇ ਆਏ। 500 ਸਾਲ ਤੋਂ ਲੋਕ ਤੁਰਲਾਉਂਦੇ ਪਏ ਸੀ ਕਿ ਰਾਮ ਲੱਲਾ ਨੂੰ ਵਾਪਸ ਲੈ ਕੇ ਆਓ, ਤੇ ਇਹ ਪਹਿਲੀ ਰਾਮਨਾਮੀ ਆਈ ਜਦੋਂ ਰਾਮ ਲੱਲਾ ਜੀ ਦਾ ਅਸੀਂ ਜਨਮ ਦਿਨ ਮਨਾਇਆ ਕਿੰਨੇ 500 ਸਾਲ ਬਾਅਦ ਅਯੋਧਿਆ ਦੇ ਵਿੱਚ। ਔਰ ਇਹ ਸੁਖਬੀਰ ਬਾਦਲ ਜੀ ਔਰ ਉਹਨਾਂ ਦੇ ਸਾਥੀ ਉੱਥੇ ਨਹੀਂ ਗਏ। ਸ਼੍ਰੋਮਣੀ ਅਕਾਲੀ ਦਲ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ, ਸ਼੍ਰੋਮਣੀ ਅਕਾਲੀ ਦਲ ਗੁਰੂ ਸਾਹਿਬ ਦਾ ਜਿਹੜੇ ਸਾਂਝੀ ਵਾਲਤਾ ਦਾ ਫਲਸਫਾ ਹੈ ਅਸੀਂ ਉਹ 'ਤੇ ਚੱਲਦੇ। ਅਯੋਧਿਆ ਕੋਈ ਲਿਮਿਟਡ ਟਾਈਮ ਲਈ ਨਹੀਂ ਖੁੱਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉੱਥੇ ਜਾਊਗੀ ਅਸੀਂ ਨਤਮਸਤਕ ਹੋਵਾਂਗੇ। ਸੋ ਧਰਮ ਦੀ ਰਾਜਨੀਤੀ ਕਰਨੀ ਛੱਡੋ, ਅਸੀਂ ਸਾਰੇ ਪੰਜਾਬ ਦੇ ਵਿੱਚ ਪਿਆਰ ਨਾਲ ਰਹੀਏ। ਇਹ ਮਾਈਨੋਰਿਟੀਜ਼ ਦਾ ਗੁਲਦਸਤਾ ਹੈ, ਉਰੇ ਕ੍ਰਿਸਚਨ ਵੀ ਭਰਾ ਨੇ, ਮੁਸਲਿਮ ਵੀ ਭਰਾ ਨੇ, ਹਿੰਦੂ ਵੀ ਭਰਾ ਨੇ, ਸਿੱਖ ਵੀ ਭਰਾ ਨੇ, ਇਹ ਸਾਰੇ ਭਰਾ ਨੇ ਅਤੇ ਇਹ ਪਿਆਰ ਨਾਲ ਰਹਿੰਦੇ ਨੇ। ਉਰੇ ਘੱਟੋ ਘੱਟ ਇਸ ਨਫ਼ਰਤ ਦਾ ਬੀਜ ਤੁਸੀਂ ਨਾ ਮਿਲੋ। ਤਾਂ ਉੱਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਧਰਮ ਤੇ ਜਾਤੀ ਦੇ ਨਾਂ ਤੇ ਵੰਡਣ ਵਾਲਿਆਂ ਦੀਆਂ ਗੱਲਾਂ ਦੇ ਵਿੱਚ ਨਾ ਆਉਣਾ। ਆਪਾਂ ਨੇ ਸਾਰਿਆਂ ਨੂੰ ਤਰੱਕੀ ਕਰਾਉਣੀ ਹੈ, ਅਸੀਂ ਆਪਣੀਆਂ ਈਦਾਂ, ਅਸੀਂ ਆਪਣੀਆਂ ਸੰਗਰਾਂਦਾਂ, ਅਸੀਂ ਆਪਣੀਆਂ ਰਾਮਨੌਮੀਆਂ, ਅਸੀਂ ਆਪਣੀਆਂ ਹਨੂਮਾਨ ਜਯੰਤੀਆਂ, ਅਸੀਂ ਆਪਣੇ ਗੁਰਪੁਰਬ, ਅਸੀਂ ਆਪਣੀ ਜਿਹੜੇ ਕ੍ਰਿਸਮਸ ਦੇ ਤਿਉਹਾਰ ਨੇ ਸਾਰੇ ਇਕੱਠੇ ਮਨਾਉਣੇ ਹੈ ਜੀ। ਅਸੀਂ ਸਾਡਾ ਭਾਈਚਾਰੇ 'ਚ ਕੋਈ ਤੋੜ ਨਹੀਂ ਪਾ ਸਕਦਾ, ਕਿਸੇ ਨਹੀਂ ਪਾ ਸਕਦਾ। ਕਿਸੇ ਵੇਲੇ ਮਿਲ ਕੇ ਚੋਣਾਂ ਲੜਨ ਵਾਲੇ ਅਕਾਲੀ ਦਲ ਅਤੇ ਬੀਜੇਪੀ ਜਦੋਂ 24 ਦੇ ਅਖਾੜੇ ਦੇ ਵਿੱਚ ਆਪਣੇ ਦਮ 'ਤੇ ਨਿਤਰੇ ਹੋਏ ਨੇ ਤਾਂ ਹੁਣ ਖੁੱਲ੍ਹ ਕੇ ਇੱਕ ਦੂਜੇ 'ਤੇ ਹਮਲਾਵਰ ਨੇ, ਸਹਾਰਾ ਧਰਮ ਦਾ ਲਿਆ ਜਾ ਰਿਹਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਗੱਲ ਸਿਆਸਤਦਾਨਾਂ ਨੂੰ ਹੋ ਰਹੇ ਸਵਾਲਾਂ ਦੀ। ਪੰਜਾਬ ਦੇ ਵਿੱਚ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰਨ ਦਾ ਰਾਹ ਔਖਾ ਹੋ ਗਿਆ। ਕਿਸਾਨਾਂ ਤੋਂ ਬਾਅਦ ਹੁਣ ਵਪਾਰੀ ਵੀ ਕੈਂਡੀਡੇਟਸ ਦਾ ਵਿਰੋਧ ਕਰ ਰਹੇ ਨੇ। ਹਾਲੇ ਤੱਕ ਤਾਂ ਕਿਸਾਨ ਭਾਜਪਾ ਦਾ ਹੀ ਵਿਰੋਧ ਕਰ ਰਹੇ ਸਨ, ਪਰ ਹੁਣ ਫਰੀਦਕੋਟ ਦੇ ਵਿੱਚ ਆਪਦੇ ਉਮੀਦਵਾਰ ਦਾ ਵੀ ਵਿਰੋਧ ਹੋਇਆ। ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਾ ਸੌਖਾ ਨਹੀਂ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਪਹਿਲਾਂ ਕਿਸਾਨ ਤਾਂ ਹੁਣ ਵਪਾਰੀ, ਉਮੀਦਵਾਰਾਂ ਦਾ ਹੋ ਰਿਹਾ ਵਿਰੋਧ। ਇਹ ਤਸਵੀਰਾਂ ਨੇ ਵਿਰੋਧ ਦੀਆਂ, ਘੇਰਾਬੰਦੀ ਹੈ ਉਮੀਦਵਾਰਾਂ ਦੀ, ਚੋਣ ਪ੍ਰਚਾਰ ਦੇ ਲਈ ਪੁਲਿਸ ਦੇ ਕਾਫਲੇ ਦੇ ਨਾਲ ਜਾਣਾ ਪੈ ਰਿਹਾ। ਉਮੀਦਵਾਰਾਂ ਨੂੰ ਵੋਟ ਮੰਗਣ ਦੇ ਲਈ ਫੂਕ ਫੂਕ ਕੇ ਪੈਰ ਵਧਾਉਣਾ ਪੈ ਰਿਹਾ ਕਿਉਂਕਿ ਜਨਤਾ ਸਵਾਲ ਕਰ ਰਹੀ ਹੈ। ਕਿਸਾਨ
ਕਿਸਾਨਾਂ ਦੇ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਹੰਸਰਾਜ ਹੰਸ ਤੋਂ ਬਾਅਦ ਕਿਸਾਨਾਂ ਨੇ ਗੁਰਦਾਸਪੁਰ ਦੇ ਵਿੱਚ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਨੂੰ ਘੇਰ ਲਿਆ। ਸਠਿਆਲੀ ਪੁਲ ਤੋਂ ਲੰਘ ਰਹੇ ਬੱਬੂ ਦੇ ਕਾਫਲੇ ਨੂੰ ਰੋਕ ਕੇ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਹਾਲਾਂਕਿ ਇਸ ਦੌਰਾਨ ਬੱਬੂ ਗੱਡੀ ਤੋਂ ਹੇਠਾਂ ਉਤਰੇ ਅਤੇ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਕੀਤੀ। ਵਿਰੋਧ ਜਿਹੜਾ ਵਾ ਸ਼ਹਿਰ 'ਚ ਐਂਟਰ ਕੀਤਾ ਉਹਨਾਂ ਨੇ ਅਤੇ ਪੂਰੇ ਸ਼ਹਿਰ ਵੱਲੋਂ ਹੀ ਵਿਰੋਧ ਆ ਵੀ ਜਿਹੜਾ ਸਾਡਾ ਕਿਸਾਨਾਂ ਦੀ ਕਾਤਲ ਪਾਰਟੀ ਹੈ ਇਹਨੂੰ ਕੋਈ ਮੂੰਹ ਨਾ ਲਾਓ, ਇਹਦੇ ਕੈਂਡੀਡੇਟ ਨੂੰ ਮੂੰਹ ਨਾ ਲਾਓ। ਇਹ ਸਾਡੇ ਕਿਸਾਨਾਂ ਦੀ, ਮਜ਼ਦੂਰਾਂ ਦੀ, ਸਾਡੇ ਸਾਰਿਆਂ ਦੀ ਸਾਂਝੀ ਜਿਹੜੀ ਹੈ ਇਹ ਜਿਹੜੀ ਹੈ ਕਾਤਲ ਪਾਰਟੀ ਹੈ। ਇਸ ਕਰਕੇ ਬੀਜੇਪੀ ਦਾ ਅੱਜ ਵਿਰੋਧ ਆ, ਦਿਨੇਸ਼ ਬੱਬੂ ਦਾ ਬਹੁਤ ਜ਼ਿਆਦਾ ਵਿਰੋਧ ਆ। ਕਿਸਾਨਾਂ ਨੇ ਜਿਹੜਾ ਹੈਗਾ ਬੀਜੇਪੀ ਦੇ ਜਿਹੜਾ ਲੀਡਰ ਖਲੋਤੇ ਨੇ ਇੱਥੋਂ MP ਦੀ ਸੀਟ 'ਤੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਦੀਆਂ ਮੰਗਾਂ ਕਰਕੇ। ਪਰ ਉਦੋਂ ਪਹਿਲਾਂ ਜਿਹੜਾ ਹੈਗਾ ਸੀ ਦੋਨਾਂ ਦੇ ਵਿੱਚ ਇੱਕ ਸਮਝੌਤਾ ਹੋਇਆ ਵੀ ਇੱਕ ਦੂਜੇ ਨੂੰ ਜੋ ਕੋਈ ਸਵਾਲ ਕਰਨੇ ਜਾਂ ਇੱਕ ਦੂਜੇ ਨੂੰ ਗੱਲ ਪੁੱਛਣੀ ਜਾਂ ਦੱਸਣੀ ਉਹਦੇ ਲਈ ਸਹਿਮਤੀ ਹੋ ਗਈ, ਜਿਹੜਾ ਕਿ ਲਾਅ ਐਂਡ ਆਰਡਰ ਦੀ ਡਿਊਟੀ ਵੀ ਸਾਡੀ ਇਸੇ ਕਰਕੇ ਬੜੀ ਪੀਸਫੁਲੀ ਜਿਹੜੀ ਇਹ ਖਤਮ ਹੋ ਗਈ ਆ। ਇਹ ਸਹਿਮਤੀ ਨਾਲ ਹੀ ਇੱਥੇ ਇਕੱਠੇ ਹੋਏ ਸੀ, ਇਹਨਾਂ ਨੇ ਆਪਣੀਆਂ ਗੱਲਾਂ ਦੱਸੀਆਂ, ਉਹਨਾਂ ਨੇ ਸੁਣੀਆਂ ਵੀ ਆ। ਵਿਰੋਧ ਸਿਰਫ ਭਾਜਪਾ ਉਮੀਦਵਾਰਾਂ ਦੇ ਨਹੀਂ ਹੋ ਰਿਹਾ, ਬਲਕਿ ਅਜਿਹੀ ਕੁਝ ਪ੍ਰਦਰਸ਼ਨ ਦਾ ਸਾਹਮਣਾ ਫਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਵੀ ਕਰਨਾ ਪਿਆ। ਕੋਟਪੁਰਾ ਦੀ ਅਨਾਜ ਮੰਡੀ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕਰਨ ਪਹੁੰਚੇ ਕਰਮਜੀਤ ਅਨਮੋਲ ਨੂੰ ਆੜਤੀਆਂ ਨੇ ਘੇਰ ਲਿਆ। ਲੋਕਤੰਤਰ ਦੇ ਵਿੱਚ ਸਵਾਲ ਹੋਣੇ ਜਾਇਜ਼ ਨੇ, ਲੀਡਰਾਂ ਨੂੰ ਜਨਤਾ ਦੇ ਸਵਾਲਾਂ ਤੇ ਜਵਾਬ ਵੀ ਦੇਣੇ ਪੈਣਗੇ, ਪਰ ਵਿਰੋਧ ਕਰਨ ਦੇ ਲਈ ਹੀ ਸਵਾਲ ਹੋਣ, ਇਸ ਗੱਲ ਤੋਂ ਬਚਣਾ ਹੋਵੇਗਾ। ਨਾਲ ਹੀ ਸਿਆਸੀ ਧਿਰਾਂ ਨੂੰ ਵੀ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਖੋਖਲੇ ਵਾਅਦਿਆਂ ਦੇ ਨਾਲ ਵੋਟਾਂ ਨਹੀਂ ਮਿਲਦੀਆਂ। ਜਨਤਾ ਦਾ ਦਿਲ ਜਿੱਤਣ ਦੇ ਲਈ ਗਰਾਊਂਡ ਲੈਵਲ 'ਤੇ ਵਾਅਦਿਆਂ ਦਾ ਪੂਰਾ ਹੋਣਾ ਜ਼ਰੂਰੀ ਹੈ। ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਅਤੇ ਫਰੀਦਕੋਟ ਤੋਂ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਸ਼ੰਭੂ ਰੇਲਵੇ ਟਰੈਕ ਤੇ ਕਿਸਾਨਾਂ ਦੇ ਧਰਨੇ ਦੇ ਕਾਰਨ ਆਮ ਲੋਕ ਤੇ ਵਪਾਰੀ ਪਰੇਸ਼ਾਨ ਹੋ ਰਹੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਸਾਨਾਂ ਨੂੰ ਵਪਾਰੀਆਂ ਦੇ ਵਫਦ ਦੇ ਨਾਲ ਮੀਟਿੰਗ ਕਰਨ ਦੀ ਅਪੀਲ ਕੀਤੀ ਹੈ। ਸ਼ੰਭੂ ਰੇਲਵੇ ਟਰੈਕ ਪਿਛਲੇ 11 ਦਿਨਾਂ ਤੋਂ ਜਾਮ ਹੈ। ਟਰੈਕ ਤੇ ਕਿਸਾਨਾਂ ਦੇ ਬੈਠਣ ਕਾਰਨ ਰੇਲਵੇ ਸਿਸਟਮ ਠੱਪ ਹੈ। ਪੰਜਾਬ ਆਉਣ ਵਾਲੀਆਂ ਕਈ ਟ੍ਰੇਨਾਂ ਰੱਦ ਚੱਲ ਰਹੀਆਂ ਨੇ ਤਾਂ ਕਈ ਟ੍ਰੇਨਾਂ ਨੂੰ ਹੁਣ ਚੰਡੀਗੜ੍ਹ ਹੋ ਕੇ ਲੰਬਾ ਰੂਟ ਫੜਨਾ ਪੈ ਰਿਹਾ ਹੈ। ਕਿਸਾਨਾਂ ਦੇ ਧਰਨੇ ਕਾਰਨ ਰੇਲਵੇ ਦੇ ਵਿੱਚ ਸਫ਼ਰ ਕਰਨ ਵਾਲੇ ਲੋਕ ਪਰੇਸ਼ਾਨ ਨੇ। ਮੁਸ਼ਕਿਲਾਂ ਦਾ ਸਾਹਮਣਾ ਤਾਂ ਵਪਾਰੀਆਂ ਨੂੰ ਵੀ ਕਰਨਾ ਪੈ ਰਿਹਾ ਹੈ। ਇਸ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਪਾਰੀਆਂ ਦੇ ਵਫ਼ਦ ਦੇ ਨਾਲ ਮੀਟਿੰਗ ਕਰਨ, ਕਿਉਂਕਿ ਧਰਨੇ ਕਾਰਨ ਵਪਾਰੀਆਂ ਨੂੰ ਦਿੱਲੀ ਲਈ ਵਾਇਆ ਚੰਡੀਗੜ੍ਹ ਦਾ ਰਸਤਾ ਅਖਤਿਆਰ ਕਰਨਾ ਪੈ ਰਿਹਾ ਹੈ। ਉਹਨਾਂ ਦਾ ਇਹ ਵੀ ਕੰਸਰਨ ਸੀਗਾ ਵਪਾਰੀ ਭਰਾਵਾਂ ਦਾ ਕਿ ਸਾਡੇ ਜਿਹੜੇ ਵਪਾਰ ਹੈ, ਕਾਰੋਬਾਰ ਹੈ, ਇਸ ਗੱਲ ਨਾਲ ਨੁਕਸਾਨ ਹੋ ਰਿਹਾ। ਸੋ ਜਿੰਨੇ ਵੀ ਕੋਈ ਹੋਟਲ ਕਾਰੋਬਾਰੀ ਹੈ ਜਾਂ ਕੋਈ ਹੋਰ ਹੈ, ਸੋ ਇਸ ਤਰ੍ਹਾਂ ਦਾ ਉਹ ਕੰਸਰਨ ਸ਼ੋਅ ਕਰ ਰਹੇ ਸਨ। ਪਰ ਕਿਸਾਨ ਵੀ ਆਪਦੇ ਜਾਇਜ਼ ਮੁੱਦਿਆਂ ਦੀ ਲੜਾਈ ਲੜ ਰਹੇ ਹੈ, ਕੋਈ ਨਜਾਇਜ਼ ਮੁੱਦਾ ਨਹੀਂ ਹੈ, ਆਪਦੇ ਹੱਕਾਂ ਦੀ ਲੜਾਈ ਲੜ ਰਹੇ ਹੈ, ਇਨਫੈਕਟ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੇ ਹੈ। ਔਰ ਜੇ ਕਿਸਾਨ ਮਰ ਜਾਏਗਾ ਤਾਂ ਸਾਰਾ ਵਪਾਰ ਵੀ ਸਾਡਾ ਖਰਾਬ ਹੋ ਜਾਏਗਾ। ਮਤਲਬ ਕਿ ਮੁੱਦਾ ਬੜਾ ਜਾਇਜ਼ ਹੈ, ਲੇਕਿਨ ਕਿਵੇਂ ਇਹਨੂੰ ਇਕੱਠਾ ਰੱਖਿਆ ਜਾਵੇ। ਮੈਂ ਕਿਸਾਨ ਭਰਾਵਾਂ ਨੂੰ ਵੀ, ਖਾਸ ਕਰਕੇ ਡੱਲੇਵਾਲ ਸਾਹਿਬ ਅਤੇ ਪਨੇਰ ਸਾਹਿਬ ਹੋਰਾਂ ਨੂੰ ਅਤੇ ਔਰਗਨਾਈਜੇਸ਼ਨ ਦੇ ਜਿਹਨੂੰ ਵੀ ਜਿਹੜੇ ਹੈੱਡਸ ਹੈ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਸਾਨੂੰ ਇਹਨਾਂ ਵਪਾਰੀਆਂ ਦੇ ਨਾਲ ਇੱਕ ਬੈਠ ਕੇ ਮੀਟਿੰਗ ਕਰਨੀ ਚਾਹੀਦੀ ਹੈ।
ਵੜਿੰਗ ਨੇ ਸਰਕਾਰ ਤੋਂ ਵੀ ਕਿਸਾਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਉਹਨਾਂ ਦੇ ਮੁਤਾਬਿਕ ਘਰ ਤੋਂ ਬਾਹਰ ਸੜਕਾਂ ਤੇ ਬੈਠਣਾ ਕਿਸੇ ਦਾ ਸ਼ੌਂਕ ਨਹੀਂ ਹੁੰਦਾ, ਬਲਕਿ ਟਰੈਕ ਤੇ ਬੈਠਣਾ ਕਿਸਾਨਾਂ ਦੀ ਮਜਬੂਰੀ ਹੈ। ਕਿਸੇ ਦਾ ਜੀ ਨਹੀਂ ਕਰਦਾ ਇਸ ਤਰ੍ਹਾਂ ਬੈਠਣ ਦਾ ਧਰਨਿਆਂ ਤੇ, ਪਰ ਮਜਬੂਰੀ ਜਿਹੜੀ ਹੈ ਉਹ ਉਹਨਾਂ ਨੂੰ ਧਰਨਿਆਂ ਤੇ ਬਿਠਾਈ ਬੈਠੀ ਹੈ ਔਰ ਉਹ ਲੜਾਈ ਲੜ ਰਹੇ ਨੇ ਦੇਸ਼ ਦਾ ਅੰਨਦਾਤਾ। ਅੱਜ ਮੈਂ ਸਮਝਦਾ ਕਿ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਹੈ, ਬਚ ਜਾਂਦਾ। ਸਰਕਾਰਾਂ ਨੇ ਕੰਨਾਂ ਦੇ ਵਿੱਚ ਰੂੰ ਪਾ ਲਈ ਹੈ, ਅੱਖਾਂ ਬੰਦ ਕਰ ਲਈਆਂ ਔਰ ਜੋ ਹੋ ਰਿਹਾ ਕਿਸਾਨ ਨਾਲ ਉਹ ਸਾਰੀ ਦੁਨੀਆ ਨੇ ਵੇਖਿਆ ਤੇ ਜਾਣਦੀ ਹੈ। ਚੰਬੂ ਬਾਰਡਰ ਤੇ ਵੀ ਕਿਸਾਨਾਂ ਦਾ ਮੋਰਚਾ ਪਿਛਲੇ 3 ਮਹੀਨਿਆਂ ਤੋਂ ਜਾਰੀ ਹੈ ਤਾਂ ਹੁਣ ਕਿਸਾਨ ਰੇਲਵੇ ਟਰੈਕ ਤੇ ਵੀ ਬੈਠੇ ਨੇ। ਦੇਖਣਾ ਹੋਏਗਾ ਕਿ ਲੋਕਾਂ ਨੂੰ ਅੰਦੋਲਨ ਕਾਰਨ ਆ ਰਹੀਆਂ ਮੁਸ਼ਕਿਲਾਂ ਦਾ ਕਿਸਾਨ ਲੀਡਰ ਕੀ ਹੱਲ ਕੱਢਦੇ ਨੇ। ਡੈਸਕ ਤੋਂ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਗੱਲ ਹੋਵੇਗੀ ਬੀਜੇਪੀ ਦੇ ਪੰਥਕ ਮੋਰਚੇ ਦੀ। ਦਿੱਲੀ ਦੇ ਵਿੱਚ DIGMC ਦੇ 7 ਮੈਂਬਰ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਤੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਭਾਜਪਾ ਦਾ ਪੱਲਾ ਫੜਿਆ। ਲੋਕ ਸਭਾ ਚੋਣਾਂ ਦੇ ਵਿਚਾਲੇ ਬੀਜੇਪੀ ਆਪਣਾ ਕੁਨਬਾ ਵਧਾ ਰਹੀ ਹੈ। ਵੱਡੀ ਗਿਣਤੀ ਦੇ ਵਿੱਚ ਦਿੱਲੀ ਤੇ ਪੰਜਾਬ ਤੋਂ ਆਉਣ ਵਾਲੇ ਸਿੱਖ ਭਾਈਚਾਰੇ ਦੇ ਲੋਕ ਬੀਜੇਪੀ ਦੇ ਵਿੱਚ ਸ਼ਾਮਲ ਹੋਏ, ਨਾਲ ਹੀ DSGMC ਦੇ 7 ਮੈਂਬਰਾਂ ਨੇ ਵੀ ਕਮਲ ਦਾ ਫੁੱਲ ਫੜ ਲਿਆ। ਬੀਜੇਪੀ ਪ੍ਰਧਾਨ JP ਨੱਡਾ, ਤਰੁਣ ਚੁੱਗ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ। JP ਨੱਡਾ ਨੇ ਕਿਹਾ ਕਿ ਸਿੱਖ ਭਰਾਵਾਂ ਨੇ ਦੇਸ਼ ਦੇ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਅਤੇ ਇਹਨਾਂ ਦਾ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਮਾਣ ਵਾਲੀ ਗੱਲ ਹੈ। कि सिख कौम के बारे में सब लोगों ने राजनीति करने के दृष्टि से तो बड़े बड़े वायदे भी किए, बहुत बड़ी बड़ी बातें भी कही और सिख भाइयों को अपने साथ जोड़ने के लिए हर तरीके के प्रलोभन भी देने का प्रयास हुआ, लेकिन किसी ने सही मायने में काम किया तो वो हमारे प्रधानमंत्री श्री नरेंद्र मोदी जी ने किया। और मैं ये सिर्फ कहने के लिए नहीं कह रहा हूं, सिर्फ इसलिए नहीं कह रहा हूं क्योंकि वो हमारे पार्टी के और देश के प्रधानमंत्री हैं, इसलिए बोल रहा हूं। इसको धरती पर किसी ने उतारा तो प्रधानमंत्री मोदी जी ने उतारा। JP नड्डा ने 1984 ਦੇ ਦੰਗਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ PM ਮੋਦੀ ਨੇ SIT ਦਾ ਗਠਨ ਕਰਕੇ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਸੀ। ਔਰ ਹਮ ਸਭ ਲੋਕ ਦਿੱਲੀ ਮੈਂ ਬੈਠੇ ਹੈ, ਮੈਂ ਵੀ ਦਿੱਲੀ ਮੈਂ ਥਾ ਉਸ ਸਮੇਂ ਜਬ 1984 ਮੈਂ ਮੈਨੇ ਵੋ ਘਟਨਾ ਦੇਖੀ ਹੈ, ਕਿਸ ਤਰੀਕੇ ਸੇ ਮਾਨਵਤਾ ਕਾ ਗਲਾ ਘੋਟਾ ਜਾ ਰਹਾ ਥਾ ਔਰ ਕਿਸ ਤਰੀਕੇ ਸੇ ਇਨਸਾਨੀਅਤ ਕਾ ਗਲਾ ਘੋਟਾ ਜਾ ਰਹਾ ਥਾ ਔਰ 1984 ਕੇ ਰਾਇਟਸ ਪਰ ਪ੍ਰਧਾਨ ਮੰਤਰੀ ਜੀ ਨੇ SIT ਬਿਠਾਈ ਔਰ ਇਹ ਪ੍ਰਧਾਨ ਮੰਤਰੀ ਜੀ ਕੇ ਕਾਲ ਮੈਂ ਹੁਆ ਕਿ 1984 के दोषी आज जेल में है, यह भी काम किया तो प्रधानमंत्री मोदी ने किया। इसे दौरान बीजेपी आगू मनजिंदर सिंह सिरसा ने भी 84 ਦੇ ਦੰਗਿਆਂ ਨੂੰ ਲੈ ਕੇ ਕਾਂਗਰਸ ਤੇ ਨਿਸ਼ਾਨਾ ਸਾਧਿਆ। ਕਾਂਗਰਸ ਨੇ ਬਹੁਤ ਸਿੱਖੋਂ ਕਾ ਕਤਲੇਆਮ ਕੀਆ ਔਰ ਨੁਕਸਾਨ ਕੀਆ ਹੈ। 1947 ਸੇ ਲੈ ਕੇ ਲਗਾਤਾਰ 2014 ਤੱਕ ਸਿੱਖੋਂ ਕਾ ਬਹੁਤ ਕਤਲੇਆਮ ਕਰਾਇਆ ਗਿਆ। ਪੰਜਾਬ ਮੇ 1,00,000 ਸਿੱਖ 1984 ਸੇ ਲੈ ਕੇ 1997 ਤੱਕ ਮਾਰ ਦਿਆ ਗਿਆ ਔਰ 20,000 ਸਿੱਖੋਂ ਕੀ ਲਾਸ਼ੇ ਤੱਕ ਨਹੀਂ ਮਿਲੀ। ਖਾਲੜਾ ਕਮਿਸ਼ਨ ਨੇ ਇਸ ਬਾਤ ਕੀ ਜਾਣਕਾਰੀ ਵੀ ਦੀ। ਸ੍ਰੀ ਦਰਬਾਰ ਸਾਹਿਬ ਕੋ ਤੋਪ ਟੈਂਕੋਂ ਸੇ ਹਮਲਾ ਕੀਆ ਗਿਆ, ਅਕਾਲ ਤਖ਼ਤ ਸਾਹਿਬ ਤੋਂ ਗਿਰਾ ਹੀ ਦਿਆ ਗਿਆ। ਇੱਕ ਤਰਫ ਉਹ ਲੋਕ ਹੈ ਜੋ ਅਕਾਲ ਤਖ਼ਤ ਗਿਰਾਤੇ ਹੈ, ਇੱਕ ਪਾਸੇ ਤਰਫ ਮੋਦੀ ਜੀ ਹੈ ਜੋ ਵਹਾਂ ਜਾ ਕੇ ਸਿਰ ਝੁਕਾਤੇ ਹੈ, ਅਮਿਤ ਸ਼ਾਹ ਜੀ ਸਿਰ ਝੁਕਾਤੇ ਹੈ ਔਰ ਇੱਕ ਤਰਫ ਉਹ ਹੈ ਜੋ ਸੱਜਣ ਕੁਮਾਰ ਟਾਈਟਲਰ ਕੋ ਆਪਣੇ ਸਾਥ ਬਿਠਾਤੇ ਹੈ। ਸਿੱਖ ਭਾਈਚਾਰੇ ਦੇ ਇਹਨਾਂ ਲੋਕਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੇ ਨਾਲ ਪਾਰਟੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਕਿੰਨਾ ਫਾਇਦਾ ਹੋਵੇਗਾ,
ਇਹ ਦੇਖਣਾ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18।